ਭਾਵੇਂ ਕਿ ਸਰਕਾਰਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਦੇ ਅੰਦਰ ਕੋਈ ਵੀ ਨਸ਼ਾ ਨਹੀਂ ਵਿਕੇਗਾ, ਪਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀਆਂ ਇਹ ਤਸਵੀਰਾਂ ਦਾ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ, ਕਿਉਂਕਿ ਇੱਥੇ ਕੁੜੀਆਂ ਦੇ ਸਕੂਲ ਦੇ ਨੇੜੇ ਸ਼ਰਾਬ ਦੇ ਠੇਕੇ ਨੇ, ਜਿਸ ਕਾਰਨ ਵਿਦਿਆਰਥਣਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਸ਼ਰਾਬ ਦੇ ਵਿੱਚ ਟੱਲੀ ਹੋ ਕੇ ਕੁਝ ਲੋਕ ਸਕੂਲੀ ਵਿਦਿਆਰਥਣਾਂ ਨੂੰ ਛੇੜਦੇ ਨੇ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ, ਜਿਸ ਤੋਂ ਬਾਅਦ ਵਿਦਿਆਰਥਣਾਂ ਦੀ ਮੰਗ ਹੈ ਕਿ ਸਕੂਲ ਦੇ ਨੇੜੇ ਬਣੇ ਸ਼ਰਾਬ ਦੇ ਠੇਕੇ ਜਲਦ ਤੋਂ ਜਲਦ ਬੰਦ ਕਰਵਾਏ ਜਾਣ। ਸਾਹਮਣੇ ਠੇਕਾ ਵਾ ਜਿਹੜਾ ਕਿ ਬਿਲਕੁਲ ਚੰਗੀ ਗੱਲ ਨਹੀਂ ਆ, ਇੱਥੇ ਬਹੁਤ ਹੀ ਮੁੰਡੇ ਵੀ ਖੜੇ ਹੁੰਦੇ ਆ, ਸਾਨੂੰ ਆਉਣ ਜਾਣ ਚ ਪਰੇਸ਼ਾਨੀ ਹੁੰਦੀ ਆ, ਕਈ ਗੰਦੇ ਗੰਦੇ ਮੁੰਡੇ ਕਮੈਂਟਸ ਵੀ ਕਰਦੇ ਆ ਕੁੜੀਆਂ ਨੂੰ, ਜਿਹੜਾ ਕਿ ਇੱਥੇ ਠੇਕਾ ਜਿਹੜਾ ਉਹ ਚੰਗੀ ਗੱਲ ਨਹੀਂ ਆ, ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ ਉੱਤੇ ਧਿਆਨ ਦਿੱਤਾ ਜਾਵੇ। ਠੇਕੇ ਦਾ ਬਹੁਤ ਮਾੜਾ ਹਾਲ ਆ ਜੀ, ਇੱਥੇ ਸ਼ਰਾਬਾਂ ਪੀ ਕੇ ਦੰਗੇ ਹੁੰਦੇ ਨੇ, ਸਾਹਮਣੇ ਸਕੂਲ ਆ ਤੇ ਸਕੂਲ ਦੇ ਜਿੰਨੇ ਬੱਚੇ ਆ ਬਹੁਤ ਮਾੜਾ ਅਸਰ ਪੈਂਦਾ ਇਹਦੇ ਤੇ, ਖਾਸ ਕਰਕੇ ਕੁੜੀਆਂ ਦਾ ਸਕੂਲ ਆ, ਇਸ ਕਰਕੇ ਇੱਥੇ ਨਹੀਂ ਹੋਣਾ ਚਾਹੀਦਾ। ਬੈਸਟ ਮੈਂ ਕਹਾਂਗੇ ਕਿ ਇੱਥੋਂ ਹਟਣਾ ਚਾਹੀਦਾ, ਇੱਥੋਂ ਹਟਣਾ ਚਾਹੀਦਾ, ਇੱਥੇ ਲਾਗੇ ਬੀੜੀਆਂ ਖੋਖਿਆਂ ਦੇ ਵੀ ਹੈਗੇ ਨੇ, ਉੱਥੇ ਵੀ ਅਸਰ ਪੈਣਾ ਚਾਹੀਦਾ। ਇਸ ਬਾਰੇ ਜਦੋਂ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਇਸ ਮੁੱਦੇ ਨੂੰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ। ਦੇਖੋ ਇਹ ਗਲਤ ਹੈ, ਠੇਕਾ ਹੋਣਾ ਨਹੀਂ ਚਾਹੀਦਾ, ਬੱਚਿਆਂ ਦੇ ਉੱਤੇ ਬੁਰਾ ਅਸਰ ਪੈ ਸਕਦਾ ਆ, ਪਰ ਇਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਆ ਕਿ ਇਹ ਇੱਥੋਂ ਚੁਕਾਇਆ ਜਾਵੇ। ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਕੀਤੀ ਗਈ ਹੈਗੀ। ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਅਜੇ ਲੋਕਾਂ ਦੀ ਸ਼ਿਕਾਇਤ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਉਹ ਸ਼ਿਕਾਇਤ ਤੋਂ ਬਾਅਦ ਅਗਲੀ ਕਾਰਵਾਈ ਕਰ ਸਕਣ। ਕੋਈ ਅਜੇ ਸ਼ਿਕਾਇਤ ਪ੍ਰਾਪਤ ਨਹੀਂ ਹੋਈ, ਇਸ ਲਈ ਜੇ ਕੋਈ ਇਹੋ ਜਿਹੀ ਗੱਲ ਹੈ ਤਾਂ ਜਿਹੜੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜਿਹੜੇ ਐਕਸਾਈਜ਼ ਨੂੰ ਦੇਖਦੇ ਉਹਨਾਂ ਤੋਂ ਪੜਤਾਲ ਕਰਕੇ ਜੋ ਵੀ ਉਚਿਤ ਕਾਰਵਾਈ ਹੈ ਇਮੀਡੀਏਟਲੀ ਕਰਾਵਾਂਗੇ। ਸਰ ਇਹ ਹੈ ਕਿ 100 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਜੀ, ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜੇ ਕਮਿਸ਼ਨਰ ਹੁੰਦੇ ਆ ਐਕਸਾਈਜ਼ ਦੇ ਲੋਕਲ ਜਿਹੜੇ ਸਾਡੇ ETC ਹੁੰਦੇ ਆ ਉਹ ਇਸ ਗੱਲ ਨੂੰ ਉਚੇਚੇ ਤੌਰ 'ਤੇ ਧਿਆਨ ਰੱਖਦੇ, ਜੇ ਕੋਈ ਸ਼ਿਕਾਇਤ ਆਊਗੀ ਤਾਂ ਬਿਲਕੁਲ ਪੜਤਾਲ ਕਰਕੇ ਉੱਥੇ ਜੋ ਬਣਦੀ ਕਾਰਵਾਈ ਕਰਵਾਤੀ ਜਾਵੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਖੁਦ ਕਹਿ ਰਹੇ ਨੇ ਕਿ ਸਕੂਲ ਦੇ 100 ਮੀਟਰ ਦੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਨਹੀਂ ਵਿਕ ਸਕਦਾ, ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਸਭ ਦੇ ਬਾਵਜੂਦ ਵੀ ਇਹ ਸਭ ਕਿਉਂ ਹੋ ਰਿਹਾ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।